ਤਕਰੀਬਨ 40-45 ਬੂਟੇ ਨੇ, ਕਾਫੀ ਜ਼ਿਆਦਾ ਸਨ ਪਹਿਲੇ ਤਾਂ 100-150 ਬੂਟਾ ਸੀ, ਲੇਕਿਨ ਇਹਨਾਂ ਦੀ ਉਮਰ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਕੁਝ ਸੁੱਕੀ ਗਏ, ਕੁਝ ਢੇ ਪਏ। ਅਤੇ ਅਸਾਂ ਨੇ ਜਿਹੜਾ ਬਹੁਤ ਅਜਾਦ ਆਏ ਨੇ ਉਸ ਟਾਈਮ ਵੀ ਇਹਨਾਂ ਗਾਰਾਂ ਵਿੱਚ ਰਹੇ ਆ, ਜੰਗਲ ਵੀ ਆ ਬਹੁਤ ਸੀ, ਇਹਨਾਂ ਗਾਰਾਂ ਵਿੱਚ ਰਹੇ ਤਾਂ ਉਹਨਾਂ ਗੁਜ਼ਾਰੇ ਕੀਤੇ, ਚੀਰਾਕਸ਼ੀ ਕੀਤੀ। ਉਸ ਤੋਂ ਬਾਅਦ ਇਹਨਾਂ ਗਾਰਾਂ ਵਿੱਚ ਇਹ ਕੁਦਰਤੀ ਨਿਜ਼ਾਮ ਹੈ, ਇਸ ਤਰ੍ਹਾਂ ਇੱਥੇ ਨੇ ਜਿਹੜੇ ਦਰਬਾਰ ਆਏ ਸਾ ਸ਼ੇਰ ਰਚਨਾ ਆ, ਔਰ ਇਹਨਾਂ ਗਾਰਾਂ ਵਿੱਚ ਰਹਿਣਾ ਆ। ਹਾਂਜੀ, ਅਸਲਾਮ ਅਲੈਕੁਮ, ਅਮਿਤ ਕਰਾਂ ਸਾਰੇ ਨੂੰ ਪਰਾਂ ਠੀਕ ਹੋ ਸੋ, ਖੜਕੇ ਹੋ ਸੋ, ਲਸ਼ਕੇ ਹੋ ਸੋ, ਲਹਿਰਾਂ ਜੋ ਸੋ, ਬਿਲਕੁਲ ਅੱਜ ਸਾਂ ਆਏ ਜਨਾਬ ਅੰਬੇ ਜਿੱਥੇ ਲੱਗੇ ਨੇ, ਅੰਬੇ ਨੇ ਬੂਟੇ ਆ, ਉਸ ਤੋਂ ਜਨਾਬ ਪੀਲੇ ਪੀਲੇ ਅੰਬ, ਐਂ ਨਿੱਕੇ ਨਿੱਕੇ ਪੀਲੇ ਪੀਲੇ ਅੰਬ ਲੱਗੇ ਨੇ, ਇਹਦਾ ਪੁਰਾਣੇ ਜ਼ਮਾਨੇ ਬੂਟੇ ਲੱਗੇ ਨੇ। ਅਸੀਂ ਪ੍ਰਾਪਰ ਇੱਕ ਪੁਰਾਣੀ ਯਾਦ ਤਾਜ਼ਾ ਕਰਾਉਣੀ ਆ ਨਾਲ ਰਾਜਾ ਜਮੀਲ, ਇਹ ਕਿਆ ਸਮਝਦੇ ਹੋ ਕਿ ਅੰਬ ਮਿੱਠਾ ਕੋਣੀ ਮਿੱਠਾ ਜੀ, ਇਹ ਉਸ ਨਾਲ ਤਾਂ ਖਾਈ ਰਹੇ ਹਾਂ, ਵੀਡੀਓ ਅੱਗੇ ਟੁਰਨੇ ਅਸੀਂ ਦੱਸਣੇ ਆ, ਲੂੰਡੇ ਮਾਰਸਾਂ ਪੀਲੇ ਪੀਲੇ ਅੰਬ, ਉਸ ਨੂੰ ਦੱਸਾਂ। ਜਨਾਬ ਇੱਕ ਜਵਾਨ ਅੰਬਿਆਂ ਨੇ ਬੂਟੇ ਚੜੀ ਆ, ਜਨਾਬ ਤੱਕਣੇ ਦੱਸੋ ਐਦਾਂ ਕਿੱਥੇ ਕਨੇ ਹੋ, ਕਿਤਨਾ ਔਖਾ ਬੂਟਾ ਆ ਇਹ, ਤਾਂ ਕਿੱਥੇ ਕਨੇ ਜਨਾਬ ਇਹ, ਹੁਣ ਇੱਥੇ ਲੂੰਡਾ ਮਾਰਸਾਂ ਤੱਕ ਸਾਂ ਟੇਸ ਸਮਝਾ ਕੇ ਉਸ ਨੂੰ ਲੂੰਡਾ ਮਾਰਸਾਂ ਜਾਂ ਸੱਟ ਸੋ ਉੱਪਰੋਂ, ਇਹ ਦੇਖੋ ਜੀ ਇਹ ਹੱਥਾਂ ਲਾਣੇ ਲਿਆ ਹਾਲੀ ਕਹਿ ਜੀ ਕਰੋ ਜੀ, ਇਹ ਤਾਂ ਕਿਸੇ ਕਨੇ ਓਏ ਹੋਏ ਮਾਸ਼ਾਅੱਲਾ, ਇਹ ਤਾਂ ਕੋਈ ਜੀ ਨਿੱਕਾ ਆਮ ਪੀਲਾ ਆਮ ਤੱਕਣੇ ਦੱਸੋ, ਇਹ ਤਾਂ ਕਿਸੇ ਕਨੇ ਨਿੱਕਾ ਪੀਲਾ ਆਮ, ਇੰਨੇ ਕਿ ਪਹਿਲੇ ਇਹ ਕਰਨਾ ਪੈਸੀ ਆਈ ਆ, ਇਹ ਤਾਂ ਕੋਈ ਨਿੱਕੇ ਨਿੱਕੇ ਚੁਣੀ ਰਹੇ ਜਨਾਬ, ਇਹ ਤਾਂ ਕਿਸੇ ਕਨੇ ਅੱਗੇ ਸਿਰਾ ਲੱਗੀ ਜਾਏ ਫਿਰ, ਇਹ ਤਾਂ ਕੋਈ ਚੇਂਜ ਦੇਣੇ ਅੰਬ ਮੁੰਡਾ ਉੱਥੇ ਤੋਂ, ਇਹ ਤਾਂ ਕੋਈ ਧੋਣੇ ਲੱਗੇ ਵੇ, ਕਿਤਨੇ ਇਕੱਠੇ ਕੀਤੇ ਨੇ, ਇਹ ਦੇਖੋ ਜੀ ਇਹ ਜਨਾਬ ਇੰਗਲੈਂਡ ਭੇਜਣ ਅੰਬ, UK ਭੇਜਣ ਜੀ, ਜੀ ਵੀਰ ਇੰਗਲੈਂਡ ਭੇਜੋ, ਦੂਏ ਭੇਜੇ ਸੀ ਹੁਣ ਪੱਕੇ ਭੇਜੋ, ਪੱਕੇ ਭੇਜੋ ਹੁਣ ਪੱਕੇ ਭੇਜਣ ਤੱਕ ਨਾ ਉਸ ਨਾਲ ਨਾਲ ਧੋਈ ਰਹੇ ਨਾਲ ਨਾਲ ਖਾਈ ਰਹੇ। ਦੇਖੋ ਜੀ ਇਹ ਕਿਤੇ ਬੈਠੇ ਕਿਤੇ ਨੇ, ਚਾਰ ਪੰਜ ਇਹ ਤਾਂ ਕਿਸੇ ਨੂੰ ਜਨਾਬ, ਇੱਕ ਦੋ ਇਹ ਜਨਾਬ ਖਾਈ ਦੱਸੋ ਨਾ ਦਿਨ ਕਿਲਾ, ਤਾਂ ਕੋਈ ਇੱਕ ਪੁਰਾਣੀ ਯਾਦ ਇਹ ਵੀ ਹੈ ਪ੍ਰਾਪਰ, ਕਿਵੇਂ ਪੁਰਾਣੇ ਜ਼ਮਾਨੇ ਲੋਕ ਉਹ ਲੈ ਅੰਬ ਹੋਣੇ ਸਨ ਨੀਲੇ ਹੁਣ ਪੀਲੇ, ਬਹੁਤ ਮਿੱਠਾ ਜੀ ਬਾਕੀ ਗੱਲ ਇਹ ਖਰਾਬ ਹੈ ਜੀ, ਚਲੋ ਇਹ ਦੇਖ ਇਹ ਤਾਂ ਕਿਸੇ ਨੇ ਇਹ ਦੇਖੋ ਅਸਲੀ ਅੰਬ ਨਹੀਂ ਹੋਣਾ ਜਿਹੜਾ ਦੁਕਾਨਾਂ ਲਾ, ਉਹ ਦੁਕਾਨਾਂ ਲਾ ਹੋਣਾ ਉਹ ਅਜਿਹਾ। ਹਾਂ ਬੂਟੇ ਕਿਤਨੇ ਲੱਗੇ ਹੋ ਮਾਸ਼ਾਅੱਲਾ, ਖੂਬਸੂਰਤ ਬੂਟੇ ਲੱਗੇ ਵੇ, ਤਾਂ ਹੁਣ ਜੁੱਸਾਂ ਅੱਗੇ ਆ, ਹੋਰ ਇਹ ਆਣੇ ਪੁਰਾਣੇ ਜ਼ਮਾਨੇ 'ਚ ਬੜੇ ਦੂਰ ਦੂਰ ਬੰਦੇ ਖਾਣੇ ਹੀ ਨਹੀਂ ਹੋਣੇ ਸਰ, ਹਾਂ ਤਾਂ ਹੁਣ ਤਕਰੀਬਨ ਆਣੇ ਬੂਟੇ ਮੈਂ ਬਾਅਦ ਇਤਨਾ ਫਲਿਆ ਬੂਟਾ ਕੰਮ ਤੋਂ ਕੰਮ ਜਾਂ ਕੀ ਨਹੀਂ, ਪੁਰਾਣੇ ਬੂਟੇ ਨਾ ਕੰਮ ਤੋਂ 100 ਸਾਲ ਪੁਰਾਣੇ। ਇਹ ਤੱਕੋ ਜੀ ਇਹ ਤੱਕੋ ਮਾਸ਼ਾਅੱਲਾ ਕਿਤਨੇ ਜ਼ਿਆਦਾ ਅੰਬ ਪੇ ਵੀ ਤੱਕਣੇ ਸੋ, ਉੱਪਰ ਨੂੰ ਟੱਠੇ ਜਿਹੜੇ ਅੰਬ ਤੱਕਣੇ ਸੋ, ਇਹ ਹੋਏ ਮਾਸ਼ਾਅੱਲਾ ਇੰਤਹਾਈ ਖੂਬਸੂਰਤ ਅੰਬ ਤੱਕਣੇ ਸੋ, ਕਿਤਨੇ ਜ਼ਿਆਦਾ ਅੰਬ ਇਹਨਾਂ ਨੂੰ ਬੂਟਿਆਂ ਨੂੰ ਟੱਠੇ ਅੰਬ, ਇਹ ਤੱਕੋ ਵਾਹ ਜੀ ਵਾਹ, ਤੱਕਣੇ ਸੋ ਇਹ ਤੱਕੋ ਅਸਾਂ ਅੰਬ ਚੁਣੀ ਰਹੇ ਹਾਂ, ਜਿਸ ਤਰ੍ਹਾਂ ਨਹੀਂ ਬੈਰ ਚੁਣੇ ਹੋਣੇ ਬੰਦੇ ਬੈਰ, ਉਸ ਤਰੀਕੇ ਨੇ ਅਸਾਂ ਅੰਬ ਚੁਣੀ ਰਹੇ ਤੱਕਣੇ ਸੋ, ਕਿਤਨੇ ਜ਼ਿਆਦਾ ਅੰਬ ਪੇ ਵੀ, ਕਿਉਂਕਿ ਤੁਸੀਂ ਪਤਾ ਕਿ ਇਹ ਜੇ ਬੂਟੇ ਘੱਟ ਲੱਭਣੇ ਅੰਬਾਂ ਨੇ ਚੁਣਨੇ ਤੇ। ਇਹ ਤਾਂ ਕੋਈ ਜਨਾਬ ਇੱਥੇ ਮੁਕਾਮੀ ਬੰਦਾ, ਇਸ ਨਾਲ ਸਲਾਮ ਕਰਨੇ ਆ, ਅਸਲਾਮ ਵਾਲੇਕਮ ਕਿਆ ਹਾਲ ਜੀ, ਠੀਕ ਹੋ ਸੇ, ਠੀਕ ਹੈ ਹੋਰ ਸੁਣਾਓ, ਸਭ ਤੋਂ ਪਹਿਲੇ ਤੱਕਣੇ ਲਈ ਤਾਰਫ ਕਰਾਸੋ ਕਿਹੜੀ ਜਗ੍ਹਾ, ਕਿਉਂਕਿ ਜਿਹੜੇ ਬੰਦੇ ਨੇ ਕਿ ਪਰਦੇਸ ਵਿੱਚ ਗਏ ਨੇ ਉੱਥੋਂ ਖਾਈ ਗਏ, ਉਹਨੇ ਤਾਰਫ ਕਰਾਸੋ ਜਗ੍ਹਾ ਨਾ ਸਹੀ ਕਰਦੇ ਜੀ, ਇਹ ਤਰਨੋਟ ਅੰਬ ਸਹੀ ਦਾ ਜਗ੍ਹਾ ਨਾ ਆ,
ਬਿਲਕੁਲ ਇੱਥੇ ਜਿਹੜੀ ਦਰਬਾਰ ਨੇ ਅੰਬੇ ਕੁਦਰਤੀ ਅਸਾਂ ਨੇ ਅਬਾਓ ਵਜਦਾ ਤੋਂ ਪਹਿਲੇ ਨੇ ਬਿਲਕੁਲ ਠੀਕ ਹੈ ਇੱਥੇ ਅਸਾਂ ਨਿੱਕੇ ਨਿੱਕੇ ਅਸਾਂ ਇਸ ਤਰ੍ਹਾਂ ਜੰਮੇ ਪੱਲੇ ਹਾਂ ਇਸ ਤਰ੍ਹਾਂ ਇਹ ਬੂਟੇ ਤੱਕੇ ਤਕਰੀਬਨ ਕਿੰਨੇ ਬੂਟੇ ਸਾ ਉਸ ਇਹ ਤਕਰੀਬਨ 40 to 45 ਬੂਟੇ ਨੇ ਕਾਫੀ ਜ਼ਿਆਦਾ ਸਨ ਪਹਿਲੇ ਤਾਂ 100-150 ਬੂਟਾ ਸੀ ਲੇਕਿਨ ਇਹਨਾਂ ਦੀ ਉਮਰ ਜ਼ਿਆਦਾ ਹੋਣਾ ਨਹੀਂ ਵਜ੍ਹਾ ਤੋਂ ਕੁਝ ਸੁੱਕੀ ਗਏ ਕੁਝ ਚੇ ਪਏ ਅੱਛਾ ਤੇ ਹੁਣ ਅਲਹਮਦੁਲਿਲਾ ਹੁਣ ਕੋ 40-45 ਬੂਟੇ ਰਹਿਣੇ ਆ ਜਿਹੜੇ ਬਿਹਤਰੀਨ ਨੇ ਤੇ ਤਕਰੀਬਨ 2-4 ਸਾਲ ਤੋਂ ਬਾਅਦ ਇਸ ਤਰ੍ਹਾਂ ਖਿਲੇ ਨੇ ਅੱਲਾ ਇਹ ਗੱਲ ਬਸ ਹੋ ਗਏ ਤਕਰੀਬਨ ਸਾਰੇ ਕੈਰੀ ਬੂਟੇ ਜੰਮੇ ਨੇ ਆਪ ਕੁਦਰਤੀ ਤੌਰ 'ਤੇ ਤਕਰੀਬਨ ਕੋਈ 40-50 ਸਾਲ ਪਹਿਲੇ ਜਾਂ ਲੋਕਾਂ ਨੇ ਲਾਏ ਇੱਥੇ ਇਹ ਇੱਥੇ ਲੋਕਾਂ ਕਹਿੰਦੇ ਇੱਥੇ ਜੰਗਲ ਹੀ ਸੀ ਟੋਟਲ ਜਿਹੜਾ ਅਸਾਂ ਨੇ ਅਬਾਓ ਅਜਦਾਦ ਲਾਏ ਤੇ ਇੱਥੇ ਬਿਲਕੁਲ ਬੀਆਬਾਨ ਜੰਗਲ ਸੀ ਅੱਛਾ ਉਹਨਾਂ ਨੇ ਤਾਂ ਜੰਗਲ ਆਬਾਦ ਕੀਤਾ ਸੀ ਤੇ ਇੱਥੇ ਬੂਟੇ ਜਿਸ ਟਾਈਮ ਉਹ ਆਏ ਤਾਂ ਉਹਨੇ ਕਿ ਅਸਾਂ ਇੱਥੇ ਇਸੇ ਤਰ੍ਹਾਂ ਬੂਟੇ ਤੱਕੇ ਲੱਗੇ ਦੇ ਬਿਲਕੁਲ ਅੱਲਾ ਇਹ ਗੱਲ ਬਸ ਹੋ ਇੱਥੋਂ ਕਿਤੇ ਦੂਰੋਂ ਦੂਰ ਬੰਦੇ ਇਸਨੇ ਆਮ ਖਾਣ ਟੈਕਨੇ ਨਾ ਬਹੁਤ ਦੂਰ ਤੋਂ ਜੀ ਲਾਹੌਰ ਤੋਂ ਹੀ ਬੰਦੇ ਇਸਨੇ ਦੀਨਾ ਜੇਲਮ ਤੋਂ ਜਿਹੜੇ ਅਸਾਂ ਨੇ ਮਰੀਦ ਦੇ ਜਿਹੜੇ ਇੱਥੇ ਪ੍ਰਾਪਰ ਦਰਬਾਰ ਪਰ ਅਰਸੇ ਦਰਾਸ ਤੋਂ ਇਸਨੇ ਅੱਛਾ ਇੱਥੇ ਕੀ ਦਰਬਾਰ ਹੈ ਇਹ ਅੰਬ ਸ਼ਹੀਦਾਂ ਇਸ ਜਗ੍ਹਾ ਨਾ ਆਇਆ ਤਾਂ ਅੰਬ ਸ਼ਹੀਦਾਂ ਇਹ ਜਿਹੜੀ ਦਰਬਾਰ ਹੈ ਅੰਬ ਸ਼ਹੀਦਾਂ ਦਰਬਾਰ ਹੈ ਅੱਛਾ ਅੰਦਰ ਦਰਬਾਰ ਆ ਕਿਆ ਨਾਮ ਹੈ ਪੀਰਾਂ ਦਾ ਇਹ ਸੈਯਦ ਨਵਾਬ ਹੁਸੈਨ ਸ਼ਾਹ ਬਿਲਕੁਲ ਇਹ ਗੱਲ ਬਸ ਆਣੇ ਕੁਛ ਦੌਰ ਚ ਅੰਬ ਪੈਸੇ ਨਹੀਂ ਵਿਕਣੇ ਹੋਣੇ ਸਨ ਇਹ ਗੱਲ ਹੈ ਨਹੀਂ ਇੱਥੇ ਅੰਬ ਪੈਸੇ ਨੇ ਕਿਸੇ ਵੀ ਨਹੀਂ ਖੜੇ ਇਸ ਟਾਈਮ ਤੱਕ ਕੋਈ ਬੰਦਾ ਪੈਸੇ ਨੇ ਅੰਬ ਨਹੀਂ ਖਾਣਾ ਮਤਲਬ ਫ੍ਰੀ ਹੋਣੇ ਸਨ ਇੱਥੇ ਜਿਹੜਾ ਬੰਦਾ ਅਸਨਾ ਆ ਇੱਥੇ ਓਪਨ ਹੋ ਕੇ ਜਾ ਕੇ ਜਿਹੜਾ ਬੰਦਾ ਅੱਛਾ ਆਣੀ ਤੇ ਲਈ ਤੇ ਆਪਣੇ ਵਾਸਤੇ ਕਿੰਨੀ ਜਾ ਦੂਰ ਤੋਂ ਡੜਿਆਲ ਤੋਂ ਲਾਹੌਰ ਤੋਂ ਦੀਨਾ ਤੋਂ ਅਸਾਂ ਇਹ ਗੱਲ ਲੱਗਿਆ ਅਸਾਂ ਪਹਿਲੇ ਬੂਟੇ ਤੱਕੇ ਜਿਹਨਾਂ ਨੂੰ ਅੰਬ ਲੱਗੇ ਪੀਲੇ ਵੈਸੇ ਅੰਬ ਸਬਜ਼ ਲੱਗੇ ਹੋਣੇ ਨਾ ਇਹ ਸ਼ੁਰੂ ਤੋਂ ਹੀ ਸਿਸਟਮ ਆਇਆ ਜਾਂ ਬਾਅਦ ਚ ਹੋਇਆ ਅੰਬਾਂ ਨੇ ਮੁਖਤਲਿਫ ਜਿਹੜੇ ਅੰਬ ਨੇ ਇਹਨਾਂ ਨੇ ਮੁਖਤਲਿਫ ਹਿਸਾਬ ਕਿਤਾਬ ਹੈ ਕੁਝ ਅੰਬ ਜਿਹੜੇ ਇਹਨਾਂ ਨੇ ਅਪਰੂ ਬਾਹਰ ਤੋਂ ਤੱਕ ਸੋ ਰੰਗ ਤਾਂ ਇਸਾ ਪਤਾ ਲੱਗ ਸੀ ਕਿ ਕੱਚੇ ਬਿਲਕੁਲ ਲੇਕਿਨ ਅੰਦਰ ਤੋਂ ਇਹ ਬਹੁਤ ਜ਼ਿਆਦਾ ਮਿੱਠਾ ਅੰਬ ਸੀ ਔਰ ਸਹੀ ਪੱਕਿਆ ਸੀ ਬਿਲਕੁਲ ਕੁਝ ਅੰਬ ਜਿਹੜੇ ਨੇ ਬਿਲਕੁਲ ਤੁਸੀਂ ਕਿ ਪੱਕੇ ਹੋਏ ਲੱਗ ਸਨ ਜਿਸ ਤਰ੍ਹਾਂ ਕਿ ਪਤਾ ਜਿਹਾ ਇਸਾ ਦਵਾਈ ਲਾਈ ਤੇ ਪਾਊਡਰ ਲਾਈ ਤੇ ਪਕਾਉਣੇ ਬਿਲਕੁਲ ਕੁਦਰਤੀ ਪੱਕੇ ਹੋਏ ਇਹ ਤੱਕੇ ਨਾ ਤਾਂ ਇਹ ਵੀ ਸਾਨੂੰ ਤੱਕਿਆ ਕਿ ਜਿਹੜੇ ਅੰਬ ਮਤਲਬ ਇਸ ਸੀਜ਼ਨ 'ਚ ਲੱਗੇ ਨੇ ਇਸ ਸੀਜ਼ਨ ਤੋਂ ਪਹਿਲੇ ਵੀ ਕੋਈ ਇਤਨੇ ਪੀਲੇ ਲੱਗੇ ਜਾਂ ਪਹਿਲੇ ਵੀ ਲੱਗੇ ਨੇ ਨਹੀਂ ਨਹੀਂ ਸਾਲੋ ਸਾਰੇ ਇਸ ਤਰ੍ਹਾਂ ਲੱਗਣੇ ਅਸਾਂ ਇੱਕ ਸਾਲ ਨਹੀਂ ਇੱਕ ਸਾਲ ਕੌਣ ਸੁਣਾਵੇ ਇੱਥੇ ਇਹ ਇਸ ਦਫਾ ਜਿਹੜਾ ਨਾ ਤਕਰੀਬਨ ਪਿਛਾ 2 ਸਾਲ ਹੋਏ ਕਿ ਨਾ ਬੰਨੀ ਸਨ ਲੱਗੇ ਬਿਲਕੁਲ ਇਸ ਤਰ੍ਹਾਂ ਹੋਣਾ ਸੀ ਕਿ ਇਹਨਾਂ 'ਚ ਜਿਤਨੇ ਦਰਖਤ ਲੱਗੇ ਨੇ ਇਹਨਾਂ 'ਚੋਂ ਕੁਝਾਂ ਦਰਖਤਾਂ ਨਾਲ ਅੰਬ ਪੱਕੇ ਲੱਗਣੇ ਸਨ ਤਾਂ ਕੁਝਾਂ ਨਾਲ ਨਹੀਂ ਸਨ ਪੱਕਣੇ ਇਹ ਵਾਰੀ ਪਰ ਫੱਲੇ ਸਨ ਬਿਲਕੁਲ ਇੱਕ ਸਾਲ ਜਨਾਬ ਅਗਰ 10 ਬੂਟੇ 1 ਸਾਲ ਫੱਲੇ 10 2 ਸਾਲ ਫੱਲੇ ਇਸ ਤਰ੍ਹਾਂ ਇਹ ਹੁਣ ਤਕਰੀਬਨ 4-5 ਸਾਲ ਤੋਂ ਬਾਅਦ ਹੁਣ ਸਾਰੇ ਦਰਖਤ ਜਿਹੜੇ ਬਿਲਕੁਲ ਸਾਰੇ ਦਰਖਤ ਇਸ ਦਫਾ ਫੱਲੇ ਕੀ ਇੰਤਹਾਈ ਖੂਬਸੂਰਤ ਮਸਜਿਦ ਹੈ ਜਿੱਥੇ ਹਰ ਸਾਲੋ ਸਾਲ ਤਕਰੀਬਨ 18 ਮੁਹਰਮ ਤੇ ਮਹਿਫਲ ਹੋਣੀ ਹੈ ਅਸਾਂ ਆਪੂ ਹੀ ਮਹਿਫਲਾਂ ਤੇ ਆਏ ਹਾਂ ਇੱਥੇ ਜਿਹਨੂੰ ਵੀ ਮਹਿਫਲ ਆਇਆ ਤਾਂ ਬਾਕੀ ਤਕਰੀਬਨ ਉਸ ਅੰਬਾਂ ਨੇ ਬੂਟੇ ਇੰਤਹਾਈ ਖੂਬਸੂਰਤ ਅੱਛਾ ਇਹ ਗੱਲ ਬਸ ਹੋ ਹਰ ਬੰਦਾ ਬੂਟੇ ਚੜੀ ਨਾ ਜਾਂ ਹਾਲੇ ਤੁਸੀਂ ਚੁਣੇ ਲੱਗੇ ਜੋ ਇੱਥੇ ਅਸਾਂ ਨੇ ਆਪਣੇ ਗ੍ਰਾਹ ਨੇ ਤਕਰੀਬਨ ਸਾਰੇ ਜਿਹੜੇ ਜਣੇ ਜੀ ਅੱਛਾ ਲੈ ਬੱਚੇ ਸਾਰੇ ਬਿਲਕੁਲ ਆਹਾਂ ਇਹ ਬੱਚੇ ਜਿਹੜੇ ਨੇ ਦੇਖੋ ਅੰਬ ਖਾਈ ਰਹੇ ਨੇ ਇਸ ਟਾਈਮ ਦਿਹਾੜੀ ਸਹੀ ਹੋਣੇ ਨੇ ਅੰਬਾਂ ਜੀ ਬਿਲਕੁਲ ਆ ਵੈਸੇ ਆਣੇ ਜਿਨ੍ਹਾਂ ਨੇ ਘਰੇ ਕੋਲ ਕਦਰ ਥੋੜੀ ਇਹ ਗੱਲ ਹੈ ਆਹ ਇਹ ਗੱਲ ਹੈ ਆਇਆ ਪੱਕੀ ਗੱਲ ਹੈ ਪੱਕੀ ਗੱਲ ਹੈ ਘਰੇ ਨੇ ਜੀ ਇਹ ਕੋ ਜੀ ਇਹ ਅੰਬ ਮਤਲਬ ਸਬਜ਼ ਹੈ ਵਿੱਚੋਂ ਲਿਖਣਾ ਪੀਲਾ ਕਿਹਦੀ ਮਿਠਾਸ ਹੈ ਬਹੁਤ ਜ਼ਿਆਦਾ ਬਾਕੀ ਤਾਂ ਨਹੀਂ ਉਸ ਜਨਾਬ ਅੰਬ ਤਾਂ ਨਬੀਤ ਸਾਹਿਬ ਖਾਈ ਕੇ ਰੱਜ ਗਏ ਨੇ ਤਾਂ ਹੁਣ ਉੱਪਰ ਜਿਹੀ ਨਜ਼ਰਾਂ ਵੱਧੀਆਂ ਨੇ ਹੁਣ ਕਿਆ ਤੱਕਣੀ ਉੱਥੇ ਇਹ ਤਾਂ ਬੁੜੀ ਨੇ ਬੂਟੇ ਚੜ੍ਹ ਕੇ ਸਾਦਰ ਇਹ ਤੱਕੋ ਜੀ ਜਨਾਬ ਨੌਜਵਾਨ ਤੱਕੋ ਜੀ ਕਿਸ ਤਰ੍ਹਾਂ ਜਨਾਬ ਬੋੜੀ ਨੇ ਬੂਟੇ ਉੱਪਰ ਹੋਈ ਤੇ ਇਹ ਕਹਿੰਦਾ ਟੀਵੀ ਉਸਤਾਦ ਜੀ ਤੁਸੀਂ ਹਸਪਤਾਲ ਹੀ ਬੜੇ ਦੂਰ ਹੁੰਦਾ ਫਿਰ ਜੀ ਇਹ ਜਨਾਬ ਤਾਂ ਕਿਸੇ ਕਹਿੰਦੇ ਜਨਾਬ ਇਹ ਕਿਸ ਤਰ੍ਹਾਂ ਮੁੰਡਾ ਜਨਾਬ ਅੰਬਾਂ ਨੇ ਬੂਟੇ ਚੜ੍ਹੀ ਦਿੱਤੇ ਕਹਿੰਦੇ ਉਸੋ ਤੱਕੋ ਜੀ ਇਹ ਤਾਂ ਕੁਝ ਮਾਸ਼ਾ ਤੱਕ ਉਸੋ ਹੁਣ ਤੱਕਣੇ ਉਸੋ ਹੁਣ ਜਨਾਬ ਇੱਥੇ ਨਾਲ ਇਹ ਦੂਆ ਬੂਟਾ ਆ ਅਸੀਂ ਕਹਿੰਦੇ ਨਾ ਰੁੰਬਲੀ ਬੋਰਡ ਤਾਂ ਬਾਕੀ ਅੱਗੇ ਮੁੜੀ ਤਾਂ ਅੰਬਾਂ ਦਾ ਬੂਟਾ ਇਹ ਤੱਕੋ
ਇਹ ਤੱਕੋ ਇਹ ਨੌਜਵਾਨ ਪਰਲੇ ਅੰਬੈ ਚੜ੍ਹੀ ਗਿਆ, ਬਹੁਤ ਬੜੀ ਖਬਰ ਤਾਂ ਕਹਿੰਦੇ ਨੌਜਵਾਨ ਪਰਲੇ ਆ ਤਾਂ ਕਿਸੇ ਨੂੰ ਅੰਬ ਡੱਠੇ ਨੇ ਆ ਜਨਾਬ ਤੱਕ ਹੀ ਸਕਣੇ ਆ। ਹੁਣ ਪ੍ਰੂ ਮਾਰਸਨ ਲੁੰਡਾ ਲੁੰਡਾ ਮਤਲਬ ਬੂਟੇ ਕਿ ਲਾਸਨ ਜਿਲ੍ਹਾ ਤਾਂ ਅੰਬ ਸਾਰੇ ਟੇਸਨ ਪੀਏ ਤੁਸੀਂ ਦੱਸਾਂ ਇਹ ਤਾਂ ਕਹਿੰਦੇ ਉਸੋਂ ਪੀਏ ਮੁੜੇ ਖਲਦੇ ਵੇ ਤਾਂ ਬਾਕੀ ਤੱਕੀ ਸਕਣੇ ਉਹ ਇਹ ਹੁਣ ਤੱਕੇ ਐ ਤੱਕੋ ਅੰਬ ਟੇਨ ਲੱਗੇ ਤੱਕੇ ਉਹ ਤੱਕੋ ਜੀ ਮਾਸ਼ਾਅੱਲਾ ਅੰਬ ਟੇਰੇ ਪੀਏ ਐ ਤੱਕੋ ਜੀ ਉਹ ਸਾਬ ਚੜੀ ਕੋ ਹਾਂਜੀ ਕਿਆ ਚੋਈ ਕਰ ਐਤਕੋ ਐਤਕ ਸਿਕਣੀ ਜਨਾਬ ਅੰਬ ਉੱਪਰ ਸੱਟਿਆ ਉਹਨਾਂ ਇੰਨਾ ਹੀ ਖੂਬਸੂਰਤ ਐਤਕੋ ਜੀ ਇੱਧਰ ਨਬੀਲ ਸਾਹਿਬ ਅੰਬ ਇਕੱਠੇ ਕਰੀ ਦੇ ਐਦਾਂ ਹੀ ਉਸੋ ਮਾਸ਼ਾਅੱਲਾ ਮਾਸ਼ਾਅੱਲਾ ਇੰਨਾ ਹੀ ਖੂਬਸੂਰਤ ਇਹ ਦਰਬਾਰ ਨੇ ਅੰਬ ਜਨਾਬ ਤੱਕ ਉਸੋ ਇਕੱਠੇ ਕਰੀ ਦੇ ਐਤਕੋ ਜਨਾਬ ਜੀ ਦੋ ਛਾਪਰ ਭਰੇ ਦੋ ਛਾਪਰ ਫੁੱਲ ਫੁੱਲ ਹੋਈ ਗਏ ਤਾਂ ਕੁਝ ਪੀਲੇ ਅੰਬ ਤੱਕਣੇ ਉਸੋ ਵੈਸੇ ਤੁਸੀਂ ਪੀਲੇ ਅੰਬ ਕੱਠ ਤੱਕਣੇ ਮਿਲੇ ਉਹ ਪਕਾਉਣੇ ਨੇ ਕਿਸ ਤਰ੍ਹਾਂ ਦਵਾਈਆਂ ਲਈ ਤਾਂ ਇਹ ਕੁਦਰਤੀ ਤੌਰ ਤੱਕ ਉਸੋ ਪੀਲੇ ਅੰਬ ਅਤੇ ਜਨਾਬ ਕਿ ਜਾ ਯੂਕੇ ਜਾ ਰਹੇ ਨੇ ਵੀਜ਼ਾ ਬਿਲਕੁਲ ਤੱਕਣੇ ਉਸੋ ਤਾਂ ਮਾਸ਼ਾਅੱਲਾ ਇੰਤਹਾ ਹੀ ਖੂਬਸੂਰਤ ਤਾਂ ਬਾਕੀ ਤੁਸੀਂ ਹੋਰ ਵੀ ਚੈੱਕ ਕਰਾਉਣੇ ਆ ਤੱਕਣੇ ਉਸੋ ਕਿਤਨੇ ਛਾਪਰ ਸੋਹਣੇ ਜਨਾਬ ਭਰਨ ਹੋਏ ਨੇ ਤਾਂ ਇਨਸ਼ਾਅੱਲਾ ਮਿਲਣੇ ਅਸਾਂ ਅੱਗੇ ਇੱਥੇ ਜਨਾਬ ਅੰਬਾਂ ਨੇ ਬੂਟਿਆਂ ਵਿੱਚ ਸਾਂ ਆ ਇੱਥੇ ਤੱਕੀਏ ਇੱਕ ਚੀਜ਼ ਤੱਕੀ ਆ ਬੜੀ ਅਨੋਖੀ ਚੀਜ਼ ਤੱਕੀ ਆ ਹੁਣ ਪੁੱਛਣੀ ਹੈ ਕਿ ਚੀਜ਼ ਆ ਜੀ ਗਾਰਾਂ ਮੰਤੀਆਂ ਕਹਿ ਮੰਤੀਆਂ ਤੱਕਣੇ ਉਸੋ ਪੂਰੇ ਨਾਲੇ ਨਾਲੇ ਮਾਸ਼ਾਅੱਲਾ ਇੰਤਹਾ ਹੀ ਖੂਬਸੂਰਤ ਇਹ ਤੱਕਣੇ ਉਸੋ ਇੱਥੇ ਇਸ ਤਰ੍ਹਾਂ ਪਤਾਣਾ ਆਪੂ ਬੰਦੇ ਬਣਾਈ ਗਈ ਹੈ ਜਾਂ ਕੁਦਰਤੀ ਬਣਤੀ ਵੀ ਆ ਜਾਂ ਕਿਤਨੀ ਪੁਰਾਣੀ ਹੈ ਜਾਂ ਇਹ ਪਹਾੜੀ ਢੱਠੀ ਹੈ ਜਾਂ ਇਸ ਤਰ੍ਹਾਂ ਹੋਈ ਗਿਆ ਹਾਂਜੀ ਸਰਕਾਰ ਇਸ ਬਾਰੇ ਬਸ ਹੋ ਕੇ ਜੀ ਗਾਰ ਕੋ ਮੰਤੀ ਦਿਸ ਰਹੀ ਹੈ ਸੀ ਅਸਲਾਮ ਵਾਲੇਕਮ ਮਨਸੂਰ ਭਾਈ ਇਹ ਮਨਸੂਰ ਭਾਈ ਇਹ ਜਨਾਬ ਕੁਦਰਤੀ ਨਿਜ਼ਾਮ ਹੈ ਇਸ ਤਰ੍ਹਾਂ ਬਣਤੀ ਹਨ ਇਹ ਅਸਾਂ ਜਿਹੜਾ ਬਹੁਤ ਆਜ਼ਾਦ ਆਏ ਨੇ ਉਸ ਟਾਈਮ ਇਹਨਾਂ ਗਾਰਾਂ ਵਿੱਚ ਰਹੇ ਜੰਗਲ ਵੀ ਆ ਬਹੁਤ ਸੀ ਬਿਲਕੁਲ ਤੇ ਇਹਨਾਂ ਗਾਰਾਂ ਵਿੱਚ ਰਹੀ ਤਾਂ ਉਹਨਾਂ ਗੁਜ਼ਾਰੇ ਕੀਤੇ ਚੀਰਾਕਸ਼ੀ ਕੀਤੀ ਉਸ ਤੋਂ ਬਾਅਦ ਇਹਨਾਂ ਗਾਰਾਂ ਵਿੱਚ ਇਹ ਕੁਦਰਤੀ ਨਿਜ਼ਾਮ ਹੈ ਇਸ ਤਰ੍ਹਾਂ ਇੱਥੇ ਜਿਹੜੇ ਦਰਬਾਰ ਹੈ ਇੱਥੇ ਸ਼ੇਰ ਰਚਨਾ ਆ ਉਹਨਾਂ ਗਾਰਾਂ ਵਿੱਚ ਰਹਿਣਾ ਆ ਬਿਲਕੁਲ ਤੇ ਇਹ ਅੰਬਾਂ ਦੇ ਬੂਟੇ ਜਿਹੜੇ ਨੇ ਇਹ ਵੀ ਇਸ ਤਰ੍ਹਾਂ ਕੁਦਰਤੀ ਅਸਾਂ ਨੇ ਸੂਰਤ ਤੋਂ ਪਹਿ ਲੈਣੇ ਨੇ ਬਿਲਕੁਲ ਔਰ ਇਹ ਦਰਬਾਰ ਨਾਲ ਜਿਹੜਾ ਇਹ ਪਾਣੀ ਹੈ ਤੁਸੀਂ ਇਸ ਨੇ ਤੁਸੀਂ ਵੀਡੀਓ ਬਣਾਓ ਕਿ ਕੁਦਰਤੀ ਇਹ ਬੁੰਝਣਾ ਜਿਸੇ ਇਹ ਦਰਬਾਰ ਨਾਲ ਪਾਣੀ ਆ ਇਹਨਾਂ ਵਲੀਆਂ ਇੱਥੇ ਕੱਢਿਆ ਸੀ ਉੱਪਰ ਇਹ ਪੱਥਰ ਹੈ ਬਿਲਕੁਲ ਇਹ ਪਹਾੜੀ ਹੈ ਇਸ ਤਰ੍ਹਾਂ ਜਿਸ ਨੇ ਵਿੱਚੋਂ ਉਹਨਾਂ ਜਨਾਬ ਬਿਲਕੁਲ ਛੋਟਾ ਜਿਹਾ ਸਰਾਹ ਹੈ ਇੱਥੇ ਝੱਬ ਲੈਣਾ ਨਿਸ਼ਾਨ ਪਏ ਆ ਅੱਛਾ ਉੱਥੋਂ ਇਹ ਪਾਣੀ ਨਿਕਲਾਂ ਔਰ ਇਹ 12 ਮਹੀਨੇ ਲਗਾਤਾਰ ਇਸ ਤਰ੍ਹਾਂ ਚੱਲਾਂ ਆ ਜਿੱਥੇ ਤੀਕਰ ਅੰਬਾਂ ਦੀ ਦੂਧ ਹੈ ਉੱਥੇ ਤੱਕ ਪਾਣੀ ਜਾਣਾ ਉਸ ਤੋਂ ਗਾਇਬ ਹੋ ਜਾਣਾ ਉਹ ਅਸੀਂ ਜੀ ਜਗ੍ਹਾ ਦੱਸੋ ਸੰਗੀ ਜੇ ਸੰਗੀ ਜੁਲੋ ਗੁਣ ਦੱਸਾਂ ਕਿ ਉਹ ਵੀ ਅਸੀਂ ਜਗ੍ਹਾ ਦੱਸਾਂ ਜਿੱਥੋਂ ਆਣੇ ਨਾ ਖਾਲੀ ਅੰਬਾਂ ਦੇ ਬੂਟੇ ਆ ਤੱਕ ਪਾਣੀ ਰਹਿਣਾ ਜਿਹੜਾ ਚਸ਼ਮੇ ਨੇ ਪਾਣੀ ਖਿੱਚਣਾ ਆ ਉਹ ਚਸ਼ਮੇ ਤੁਸੀਂ ਕੀ ਅਪਰੂ ਦੱਸਾਂ ਜਿੱਥੋਂ ਪਾਣੀ ਆਈ ਰਿਹਾ ਜਿੱਥੇ ਆਣੇ ਪਾਣੀ ਅੱਛੀ ਰੁਕੀ ਜਾਣਾ ਇਹ ਵੀ ਕੁਦਰਤ ਨੂੰ ਨਿਜ਼ਾਮ ਤੱਕ ਜੀ ਵੈਸੇ ਪਾਣੀ ਤੁਸੀਂ ਪਤਾ ਇੱਕ ਜਿਹਾ ਤਾਂ ਮੁੜ ਖਲਾਂ ਪਾਣੀ ਕਿੱਥੇ ਆ ਪਾਣੀ ਮੁੜ ਖਲਾਂ ਜੀ ਡੈਮ 'ਚ ਆਉਣਾ ਸਮੁੰਦਰ ਜਿਹਦਾ ਇੱਥੇ ਇਹਨੇ ਬਣੇ ਨਹੀਂ ਹੈ ਕਿ ਅੰਬਾਂ ਦੇ ਬੂਟਿਆਂ 'ਚ ਅੰਦਰ ਪਾਣੀ ਹੈ ਉਹ ਪਾਣੀ ਗਾਇਬ ਹੋ ਜਾਣਾ ਇੱਥੇ ਅੰਬ ਕਿਤਨੇ ਪੇਵੇ ਇਹ ਤੱਕ ਜੀ ਬੁਣ ਜਾਈ ਰਿਹਾ ਸਾਂ ਇੰਤਹਾਈ ਖੂਬਸੂਰਤ ਇੰਤਹਾਈ ਖੂਬਸੂਰਤ ਇੰਤਹਾਈ ਛੋਟਾ ਬੱਚਾ ਆ ਰਿਹਾ ਤੁਸੀਂ ਕਿਤੇ ਅੰਬ ਬੋੜੇ ਬਿਨ ਇਹ ਛਾਪਰ ਹਾਲੀ ਹੈ ਬਸ ਇਹ ਤਾਂ ਕੋਈ ਨਿੱਕਾ ਚੱਕਤਾ ਹੈ ਨਿੱਕਾ ਬੋਲਤਾ ਨਹੀਂ ਹੈ ਇਹ ਤਾਂ ਕੁਝ ਭੁੰਜ ਹੀ ਰਿਹਾ ਸਾਂ ਅੰਬਾਂ ਦੇ ਬੂਟੇ ਲੱਗੇ ਇਹ ਰਾਤ ਤੱਕ ਜੀ ਉਹ ਬੋਲੋ ਜੀ ਇਹ ਤਾਂ ਕੁਝ ਜਨਾਬ ਦਰਬਾਰ ਨਾਲ ਪਾਣੀ ਹੈ 12 ਮਹੀਨੇ ਇੱਕ ਲਗਾਤਾਰ ਹੀ ਸਪੀਡ ਚੱਲਾਂ ਔਰ ਉੱਪਰ ਜਿਸ ਜਗ੍ਹਾ ਪਾਣੀ ਚਸ਼ਮਾ ਆ ਉਸ ਜਗ੍ਹਾ ਤੋਂ ਲੈ ਕੇ ਇੱਥੇ ਜਿੱਥੇ ਤੀਕਰ ਅੰਬਾਂ ਦੀ ਦੂਧ ਹੈ
ਉੱਥਾਂ ਤੀਕਰ ਆ ਸਾਹਮਣੇ ਤੱਕੀ ਕਿਨੋ ਜਿੱਥੇ ਅੰਬੈਣਾ ਬੂਟਾ ਆ ਉਸਨੇ ਜੜ੍ਹਾਂ ਵਿੱਚ ਪਾਣੀ ਇੱਥੋਂ ਅੱਗੇ ਜਦੋਂ ਪੁੱਜਣਾ ਗਾਇਬ ਪੁੱਜਣਾ ਅਗਲੀ ਜਗ੍ਹਾ ਤੋਂ ਕੋਈ ਬਿਲਕੁਲ ਖੁਸ਼ਕ ਹੈ ਇਹ ਰੇਤਾ ਆਪਣੇ ਕੋਈ ਜੰਨਾ ਜੀ ਇਸਨੇ ਤੋਂ ਅੱਗੇ ਪਾਣੀ ਗਾਇਬ ਪੁੱਜਣਾ ਹੈ ਦਰਬਾਰ ਵਾਲਿਆਂ ਜਨਾਬ ਕੁਦਰਤੀ ਨਿਜ਼ਾਮ ਹੈ ਕਿ ਦਰਬਾਰ ਨਹੀਂ ਦੂਰ ਤੱਕ ਹੀ ਪਾਣੀ ਰਹਿਣਾ ਇਸ ਤੋਂ ਬਾਹਰ ਨਹੀਂ ਜਾਣਾ ਤੱਕ ਜੀ ਮਾਸ਼ਾ ਕੁਦਰਤੀ ਨਿਜ਼ਾਮ ਇੱਧਰ ਉੱਪਰ ਪਾਣੀ ਸਹੀ ਦੱਬਿਆ ਜਾ ਰਿਹਾ ਸਹੀ ਆਪਣੇ ਲਹਿਰਾਂ ਜਾਣ ਲੱਗਿਆ ਲੈ ਉੱਥੇ ਪੁੱਜਣਾ ਪੁੱਜੀਦਾ ਉਹ ਆਖਰੀ ਅੰਬੈਣਾ ਬੂਟਾ ਉਸ ਤੋਂ ਪੁੱਜ ਦੂਸਰਾ ਹੈ ਨਾ ਬਹੁਤ ਉੱਥੇ ਜੀ ਪਾਣੀ ਗਾਇਬ ਹੋ ਜਾਣਾ ਉਸ ਜਿਹੜੇ ਅੰਬਾਂ ਨੇ ਬੂਟੇ ਉੱਥੇ ਅੰਬਾਂ ਨੇ ਬੂਟਿਆਂ ਦੇ ਜੜ੍ਹਾਂ 'ਚੋਂ ਪਾਣੀ ਨਿਕਲਣਾ ਪਿਆ ਅੰਬਾਂ ਨੇ ਬੂਟੇ ਜਿੱਥੇ ਇੱਥੇ ਉਹਨਾਂ ਨੇ ਜੜ੍ਹਾਂ 'ਚ ਪਾਣੀ ਲੱਗਣਾ ਆ ਲੇਕਿਨ ਉਸ ਦੇ ਇਲਾਵਾ ਬਾਹਰ ਸਾਈਡ ਪਰ ਕਿਸੇ ਜਗ੍ਹਾ ਸੱਜਾ ਖੱਬੇ ਪਾਣੀ ਨਹੀਂ ਲੱਗਣਾ ਇਹ ਸਿਰਫ ਜਿੱਥੇ ਦਰਬਾਰ ਨਹੀਂ ਦੂਧ ਹੈ ਜਿੱਥੇ ਅੰਬਾਂ ਨੇ ਬੂਟੇ ਉਹਨਾਂ ਨੇ ਜੜ੍ਹਾਂ ਤੀਕ ਪਾਣੀ ਪੋਸ਼ਣਾ ਆ ਉਸ ਤੋਂ ਇਲਾਵਾ ਹੋਰ ਕਿਸੇ ਇਹ 12 ਮਹੀਨੇ ਪਾਣੀ ਨਾ ਇਹ 12 ਮਹੀਨੇ ਚੱਲਣਾ ਆ ਇਸ ਦੇ ਨਾਲ ਅੰਬਾਂ ਨੇ ਬੂਟੇ ਨਾਲ ਹੀ ਟੱਕੋ ਟਾਲੀ ਨਾਲ ਬੂਟਾ ਆ ਬਿਲਕੁਲ ਉੱਥੇ ਪਾਣੀ ਕੋਈ ਨਹੀਂ ਲੱਗਣਾ ਪਿਆ ਬਿਲਕੁਲ ਖੁਸ਼ ਇਹ ਤਾਂ ਕੋਈ ਇੱਥੇ ਇਹ ਕਿਤਨੇ ਦੱਦੇ ਇੱਥੇ ਅੰਬੇ ਵੀ ਇਹ ਸਾਰੇ ਟੱਠੇ ਚੱਕਰਾਂ ਨਾਲ ਜੀ ਆਏ ਰਾਤੀ ਲੈ ਜਾ ਖੜ ਝੋਲਾਂ ਤੇ ਅੰਬ ਟੇਣੇ ਇੱਥੇ ਸਾਰੇ ਗ੍ਰਾਂ ਨੇ ਬੰਦੇ ਜਿਹੜੇ ਇਸ ਨੇ ਜਿਹੜੇ ਬੂਟਿਆਂ ਨੇ ਉੱਪਰ ਨਹੀਂ ਚੜ੍ਹੀ ਸਕਣੇ ਉਹ ਸੁਬਾਹ ਜਨਾਬ ਇੱਥੋਂ ਪੱਕੇ ਅੰਬ ਜਿਹੜੇ ਚਾਹੀ ਕਿ ਨਹੀਂ ਜਾਣੇ ਬਿਲਕੁਲ ਅਸੀਂ ਹੁਣ ਦੱਸੋ ਚਸ਼ਮਾ ਜਿੱਥੇ ਕੁਦਰਤੀ ਚਸ਼ਮਾ ਆ ਇਹ ਚਸ਼ਮਾ ਜਨਾਬ ਉੱਪਰ ਜਿੱਥੇ ਜੁਲੋ ਤੋਂ ਤੁਸੀਂ ਉੱਥੇ ਦੱਸਣਾ ਕਿ ਜਿਸ ਜਗ੍ਹਾ ਉੱਪਰੋਂ ਪਾਣੀ ਨਿਕਲਾਂ ਆ ਔਰ ਅੰਬਾਂ ਨੇ ਦੂਧ ਹੈ ਜਿੱਥੇ ਤੀਕਰ ਤੁਸੀਂ ਮੈਂ ਉੱਥੇ ਦੱਸਣਾ ਤੱਕ ਜੀ ਅਸਾਂ ਪੂਰੀ ਤੁਸੀਂ ਕੀ ਕਹਾਣੀ ਪਈ ਹੈ ਅੰਬਾਂ ਨੇ ਬੂਟਿਆਂ ਦੀ ਜਿੱਥੋਂ ਇਹਨਾਂ ਨੇ ਸ਼ੁਰੂ ਹੋਏ ਨਾ ਅੰਬ ਬਹੁਤ ਪੁਰਾਣੇ ਬਾਣੇ ਲੱਗੇ ਨੇ ਇਹਨਾਂ ਨੇ ਮਤਲਬ ਬਹੁਤ ਪੁਰਾਣੇ 200-300 ਸਾਲ ਨੇ ਇਹਨਾਂ ਨੇ ਅਬਾ ਜਿੱਦਾਂ ਤੂੰ ਪਹਿਲੇ ਨੇ ਕੋਈ ਬੂਟੇ ਬਹੁਤ ਪੁਰਾਣੇ ਤਾਂ ਉਹ ਜੁਲੇ ਉੱਪਰ ਹਾਂ ਹੁਣ ਉੱਪਰ ਜੀ ਰਹੇ ਜਨਾਬ ਤੁਹਾਨੂੰ ਕਿੰਨੀ ਮੁਸ਼ਕਲ ਜਗ੍ਹਾ ਸੀ ਇੱਥੇ ਜਨਾਬ ਗਾਰਾਂ ਹਰ ਜਗ੍ਹਾ ਗਾਰਾਂ ਹੀ ਗਾਰਾਂ ਕਿਉਂਕਿ ਇੱਕ ਐਸੀ ਜਗ੍ਹਾ ਆ ਅਸਾਂ ਆਪੂ ਇੱਥੇ ਰਹਿਣੇ ਵਾਲੇ ਬੰਦੇ ਹਾਂ ਕਿਉਂਕਿ ਅਸਾਂ ਸਨੇਹ ਨੇ ਅਸਾਂ ਉੱਪਰੋਂ ਮੁੜੀ ਜਾਇਆ ਰਹੇ ਹਾਂ ਅਤੇ ਆਹ ਜਿੰਨਾ ਜਨਾਬ ਸਨੇਹ ਨੂੰ ਅਸੀਂ ਦੱਸਿਆ ਕਿ ਬੁਣ ਜੁਲੋ ਤੱਕੋ ਪਾਣੀ ਤੱਕੋ ਕੁਦਰਤੀ ਪਾਣੀ ਛਿੰਦਾ ਆ ਪਾਣੀ ਮੁੜੀ ਗਾਇਬ ਹੋ ਜਾਣਾ ਅਸਾਂ ਵੀ ਚੱਕਿਆ ਲੇਕਿਨ ਅਸਾਂ ਬੂਰੇ ਸਨੇਹ ਨੇ ਲੇਕਿਨ ਅਸਾਂ ਇਤਨਾ ਨਹੀਂ ਸੀ ਪਤਾ ਕਿ ਇਤਨਾ ਹੀ ਸਿਸਟਮ ਇੱਥੇ ਆਇਆ ਹੁਣ ਉੱਪਰ ਜੁਲੇ ਹਾਂ ਤੁਸੀਂ ਚੱਕ ਰਹੇ ਹਾਂ ਜੇ ਕੁਦਰਤੀ ਚਸ਼ਮਾ ਜਿੱਥੋਂ ਪਾਣੀ ਲਿਖਣਾ ਆ ਹਾਂਜੀ ਮਨਸੂਰ ਸਾਹਿਬ ਥੋੜ੍ਹੇ ਜਿਹੇ ਅੱਗੇ ਆਇਆ ਜੋ ਤੁਹਾਨੂੰ ਦੱਸਣਾ ਕਿ ਜੇ ਜਗ੍ਹਾ ਪੂਰੇ ਪਾਣੀ ਮਿਲਣਾ ਆ ਜਨਾਬ ਤੱਕੋ ਪਰਾਟੀ ਤੁਸੀਂ ਕੈਮਰਾ ਮਾਰੀ ਦੱਸੋ ਆਪਣੇ ਜਿਹੜੇ ਤੁਹਾਨੂੰ ਸੰਗੀ ਦੋਸਤ ਇਹ ਤੱਕੋ ਜੀ ਪਰਾਟੀ ਹੈ ਪੂਰਾ ਬਿਲਕੁਲ ਸਖਤ ਪੱਥਰ ਹੈ ਇਸ ਵਿੱਚ ਪੱਥਰ ਲੱਗੇ ਹੋਏ ਜਿਸ ਸੇਵਾ ਪੂਰਾ ਇਹਨਾਂ ਪੱਥਰਾਂ ਵਿੱਚੋਂ ਪਾਣੀ ਨਿਕਲਣਾ ਪਿਆ ਬਿਲਕੁਲ ਇਹਦਾ ਪੱਥਰ ਵਗੈਰਾ ਕਾਫੀ ਪਏ ਹੋਏ ਜਿਸ ਵਜ੍ਹਾ ਤੋਂ ਤੁਸੀਂ ਕਿ ਉਹ ਜਿਸ ਜਗ੍ਹਾ ਪਾਣੀ ਨਿਕਲਣਾ ਆ ਉਹ ਜਗ੍ਹਾ ਤੇ ਸਾਹਮਣੇ ਨਹੀਂ ਦਿਸੀ ਰਹੀ ਇਸ ਤੋਂ ਪਿੱਛੇ ਪਾਣੀ ਕੋਣੀ ਇਸ ਦੇ ਪਿੱਛੇ ਤੱਕੋ ਸੁੱਕੀ ਪਰਾਟੀ ਹੈ ਸਾਰੀ ਇਹ ਜੰਗਲ ਵੀ ਆ ਬਾਹਣ ਹੈ ਤੱਕੋ ਜੀ ਕੁਦਰਤੀ ਤੌਰ 'ਤੇ ਉੱਥੋਂ ਪਾਣੀ ਲਿਖਣਾ ਆ ਪਾਣੀ ਨਾ ਨਿਕਲਣਾ ਪਿਆ ਤੱਕੋ ਲਗਾਤਾਰ 12 ਮਹੀਨੇ ਇਸ ਸਪੀਡ ਪਾਣੀ ਚੱਲਣਾ ਆ ਇਹ ਅਲੱਗ ਨਹੀਂ ਲਾਇਆ ਨੇਗਾ ਇਹ ਇਹ ਨਿਪ ਲਾਈ ਨੇ ਇਸ ਤਰ੍ਹਾਂ ਸ਼ੁਰੂ ਤੋਂ ਬੜਾ ਪੁਰਾਣਾ ਪਰਨਾਲਾ ਨਾਲ ਲੱਗੇ ਆ ਇਸ ਤਰ੍ਹਾਂ 12 ਮਹੀਨੇ ਪਾਣੀ ਇਹ ਚੱਲਣਾ ਆ ਤਾਂ ਨੀਚਾ ਸਿੰਘ ਦੱਸਿਆ ਕਿ ਜਿੱਥੇ ਤੀਕਰ ਅੰਬਾਂ ਦੀ ਦੂਧ ਆ ਉੱਥੇ ਤੱਕ ਪਾਣੀ ਜਾਣਾ ਉਸ ਤੋਂ ਅੱਗੇ ਇਸ ਤਰ੍ਹਾਂ ਇਹ ਗਾਇਬ ਹੋ ਜਾਣਾ ਠੜਾ ਪਾਣੀ ਸਹੀ ਜੀ ਹਾਂ ਇਹ ਗੱਲ ਬਸ ਹੋ ਜਿਹੜੇ ਬੰਦੇ ਜਨਾਬ ਜਿੱਥੇ ਹੋਈ ਗਈ ਉਹ ਜ਼ਰੂਰ ਸੀ ਬਸ ਹੋ ਕੇ ਪਰਦੇ ਸੇ ਬੰਦੇ ਜ਼ਰੂਰ ਸੀ ਬਣੇ ਹੋਣੇ ਅੰਬਾਂ ਦੀ ਵੀਡੀਓ ਬਣਾਓ ਇੱਥੇ ਜਿੱਦਾਂ ਬਣਾਓ ਵੀਡੀਓ ਬਣਾਉਣਾ ਆਪਣਾ ਹੀ ਮਜ਼ਾ ਆਉਣਾ ਹਰ ਚੀਜ਼ ਤੁਸੀਂ ਲੱਭਣੀਆਂ ਕੁਦਰਤੀ ਤੋਂ ਲੱਭਣੀਆਂ ਟਕਰੀਆਂ ਲੱਭਣੀਆਂ ਇੱਥੇ ਹਰ ਚੀਜ਼ ਤੁਸੀਂ ਲੱਭਣੀਆਂ ਕੁਦਰਤੀ ਔਰ ਠੰਡੀ ਚੀਜ਼ ਮਤਲਬ ਠੰਡ ਹੋਣੀ ਹੈ ਜਨਾਬ ਪਾਣੀ ਨਹੀਂ ਇਸ ਟਾਈਮ ਤੁਸੀਂ ਗਰਮੀਆਂ ਚ ਅੱਛੋ ਇਹ ਪਾਣੀ ਪੀਓ ਤਾਂ ਤੁਸੀਂ ਪਤਾ ਲੱਗ ਸੀ ਕਿ ਜਨਾਬ ਇਸ ਦੀ ਬਰਸਾਂ ਦੀ ਜ਼ਰੂਰਤ ਨਹੀਂ ਹੋਣੀ ਬਿਲਕੁਲ ਠੰਡਾ ਬਿਲਕੁਲ ਸਰਦੀਆਂ ਦੇ ਮੌਸਮ ਵਿੱਚ ਪਾਣੀ ਬਿਲਕੁਲ ਗਰਮ ਹੋਣਾ ਆ ਇਸ ਦੌਰ 'ਚ ਬੰਦੇ ਪਾਣੀ ਖਾਂਦੇ ਜੀ ਹਾਂ ਬੇਸ਼ੁਮਾਰ ਲੋਕ ਖਾਂਦੇ ਠੀਕ ਇੱਦਾਂ ਜਨਾਬ ਅਸੀਂ ਤੂੰ ਪਾਣੀ ਉਹ ਬੁੰਝ ਜਾਣਾ ਇੱਥੋਂ ਪਾਣੀ ਬੁੰਝ ਜਾਣਾ ਉੱਥੇ ਗਾਇਬ ਜੀ ਹੋਣਾ ਜੀ ਆ ਜਿੱਥੇ ਤੱਕ ਰੰਬਾ ਨਹੀਂ ਦੂਧ ਆ ਉੱਥੇ ਤੱਕ ਜਾਣਾ ਉੱਥੇ ਅੱਗੇ ਗਾਇਬ ਹੋ ਜਾਣਾ ਬਿਲਕੁਲ ਇੱਥੋਂ ਇਹ ਪਾਣੀ 12 ਮਹੀਨੇ ਇਸ ਤਰ੍ਹਾਂ ਚੱਲਣਾ ਆ ਤੱਕੋ ਜੀ ਪਾਣੀ ਲਿਖਣਾ ਇਹ ਗੁੰਮ ਸੁੰਮ ਹੈ ਇੱਥੇ ਕੋਈ ਪਾਣੀ ਆ ਰਸ਼ ਕੋਣੀ ਬਿਲਕੁਲ ਖਮੋਸ਼ੀ ਨਾਲ ਪਾਣੀ ਖਿਣਾ ਆ ਇੱਕ ਉਹਨਾਂ ਪ੍ਰੈਸ਼ਰ ਪਾਣੀ ਆ ਪ੍ਰੈਸ਼ਰ ਕੋਣੀ ਤਾਂ ਉੱਥੇ ਜਿਹਦੇ ਪਾਣੀ ਬਿਲਕੁਲ ਗੁੰਮ ਸੁੰਮ ਜੀ ਬੰਦ ਹੋ ਜਾਣਾ